ਕੀ ਹੋਇਆ ਯਾਰ ਸਕੂਲ ਹੀ ਜਾਣਾ ਤੂੰ ਸਕੂਲ ਹੀ ਜਾਣਾ ਉਹ ਸਕੂਲ ਰਹਿਣ ਦੇ ਬਈ ਟੈਸਟ ਦਿੱਤਾ ਸੀਗਾ ਮਾਸਟਰ ਨੇ ਮੈਨੂੰ ਆਉਂਦਾ ਨਹੀਂ ਮਾਸਟਰ ਬਾਲਾ ਕੁੱਟੂਗਾ ਕ੍ਰਸ਼ ਮੂਹਰੇ ਤੇ ਤਾਂ ਕ੍ਰਸ਼ ਭੱਜ ਗਈ ਸੀ ਬੈਸਟ ਫਰੈਂਡ ਨਾਲ ਓਏ ਹੋਰ ਸੀ ਯਾਰ ਇਹਦੇ ਬਾਰੇ ਨਾ ਬੋਲ ਬਾਈ ਬਣ ਕੇ ਯਾਰ ਤਾਂ ਹੁਣ ਕਿਵੇਂ ਕਰਨਾ ਮੈਂ ਕਹਿੰਦਾ ਆਪਾਂ ਚੱਲਦੇ ਹਾਂ ਲੁਧਿਆਣੇ ਆਪਾਂ ਮੌਲ 'ਤੇ ਜਾ ਕੇ ਫਿਲਮ ਦੇਖ ਕੇ ਆਉਂਦੇ ਹਾਂ ਸਰ ਪੌਪਕੋਰਨ ਲਵਾਂਗੇ ਫਾਇਨਲ ਸਵਾਦ ਹੀ ਆਇਆ ਨਾ ਜ਼ਿੰਦਗੀ ਦਾ ਆਪਾਂ ਨੂੰ ਉੱਥੇ ਪੈਸੇ ਪੈਸਾ ਕੋਈ ਨਹੀਂ ਉਹਦਾ ਪਹਿਲਾਂ ਬੈਗ ਫੜੇ ਯਾਰ ਦੂਜੇ ਵਾਂਗੂ ਬੈਗ ਟੰਗੀ ਫਿਰਦਾ ਤੂੰ ਇਹ ਦੱਸ ਕਰਨਾ ਕੀ ਆ ਯਾਰ ਕੀ ਕਰੀਏ ਬਈ ਮੈਂ ਤਾਂ ਅੰਦਰ ਜਾਣਾ ਨਹੀਂ ਆਪਾਂ ਨੂੰ ਕੋਈ ਬੰਦਾ ਬੁੰਦਾ ਲੱਭਣਾ ਪੈਣਾ ਉਹ ਜਿਹਾ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਸਤਿ ਸ਼੍ਰੀ ਅਕਾਲ ਬਾਰੇ ਨੇ ਤੁਹਾਨੂੰ ਉਹ ਸਤਿ ਸ਼੍ਰੀ ਅਕਾਲ ਬੁਲਾਉਣਾ ਤੁਹਾਡਾ ਫਰਜ਼ ਆ ਜਵਾਬ ਦੇਣਾ ਨਾ ਦੇਣਾ ਮੇਰੀ ਮਰਜ਼ੀ ਦੋ ਪਹੁੰਚੀ ਹੋਈ ਸ਼ਾਇਦ ਲੱਗਦੀ ਹੈ ਮੈਨੂੰ ਭਾਅ ਜੀ ਉਹ ਬਾਪੂ ਜੀ ਸੀ ਆਪਣੇ ਨਹੀਂ ਉਹ ਡਰਾਈਵਰ ਆ ਮੇਰਾ ਡਰਾਈਵਰ ਮਤਲਬ ਪੈਸਾ ਹੀ ਪੈਸਾ ਕੀ ਹੋਇਆ ਜਲਦੀ ਨਾੜ ਚੜ ਗਈ ਜਲਦੀ ਨੜ ਚੜ ਗਈ ਪੈਸੇ ਬਹੁਤ ਲੱਗਣੇ ਆ ਤੇ ਮੈਨੂੰ ਲੱਗ ਰਿਹਾ ਮੈਨੂੰ ਭਾਅ ਜੀ ਨੂੰ ਪੁੱਛ ਭਾਅ ਜੀ ਇਲਾਜ ਕਰਾਉਣਾ ਸੀ ਪੈਸੇ ਹੈਗੇ ਪੈਸੇ ਪੈਸਾ ਬਹੁਤ ਭਾਅ ਜੀ 150 ਰੁਪਈਆ ਚਾਹੀਦਾ ਭਾਅ ਜੀ ਹੁਣੇ 150 ਇੰਨਾ ਕੈਸ਼ ਮੈਂ ਆਪਣੀ ਜੇਬ 'ਚ ਰੱਖਦਾ ਹੀ ਨਹੀਂ ਭਾਅ ਜੀ ਮੈਂ ਮਰ ਜਾਣਾ ਭਾਈ ਜਲਦੀ ਹੱਲ ਕਰ ਦਿਓ ਪੈਸਿਆਂ ਦਾ ਪਲੀਜ਼ ਪੈਸਾ ਬਹੁਤ ਹੈ ਪੇਪਰ ਵੇਲੇ ਕੀ ਕਰੇਗਾ ਯਾਰ ਮਰ ਜੂਗਾ ਯਾਰ ਮਰਜ਼ੀ ਕਰੋ ਮੈਂ ਨੀ ਜਾਣਾ ਯਾਰ ਓਏ ਤੂੰ ਜਾਣਾ ਵਾ ਚੱਲ ਨਿਕਲ ਤੈਨੂੰ ਤੇਰੀ ਸਹੇਲੀ ਦੀ ਸੌ ਮੋਟਰਸਾਈਕਲ ਮੈਂ ਚਲਾਉਂਗਾ ਮੇਰੀ ਗੱਲ ਸੁਣ ਇਹ ਕੈਕ ਨੂੰ ਮਾਰਦਾ ਕਿ ਕੈਕੀ ਨੂੰ ਮਾਰਦੀ ਵੀਰੇ ਕੁਛ ਕਿਹਾ ਹੁਣ ਹੈਂਡਸਮ ਲੱਗਣ ਡਿਆ ਭਾਉ ਤੂੰ ਬਹੁਤ ਜ਼ਿਆਦਾ ਆ ਤਾਂ ਮੈਂ ਸ਼ੁਰੂ ਤੋਂ ਹੀ ਆ ਕਰ ਲਿਆ ਸਟਾਰਟ ਉੱਥੇ ਹੋ ਜਾਓ ਇੰਦਰ ਯਾਰ ਕੋਈ ਤਾਂ ਮਨੂਸ ਹੈਗਾ ਆਪਣੇ 'ਚ ਤੂੰ ਹੀ ਆ ਇੰਦਰ ਮੇਰੀ ਗੱਲ ਸੁਣ ਸਰਵਿਸ ਤਾਂ ਕਰਾਈ ਸੀ ਇਹਦੀ ਕਰਾਈ ਆ ਯਾਰ ਸਰਵਿਸ ਕਰਾਈ ਆ ਤੇ ਪੈਟਰੋਲ ਕੱਲ ਹੀ ਤਾਂ ਪਵਾਇਆ ਯਾਰ ਪੈਟਰੋਲ ਮੈਂ ਕਿੰਨੇ ਦਾ ਪਿਆ ਦਾ ਤੇ ਉਹ ਤਾਂ ਖਤਮ ਹੋਣਾ ਹੀ ਸੀ ਯਾਰ ਇੱਥੇ ਬੰਦੇ ਦਾ ਨਹੀਂ ਪਤਾ ਕਿਹੜੇ ਵੇਲੇ ਖਤਮ ਹੋ ਜਾਏ ਤੂੰ ਤੇਲ ਦਾ ਭਰੋਸਾ ਕਰਦਾ ਯਾਰ ਭਰਾ ਕੁਛ ਤਾਂ ਕਰ ਹੋਰ ਕੀ ਨੁਕਸ ਹੋ ਸਕਦਾ ਇਹਦੇ ਵਿੱਚ ਵੀਰੇ ਹਵਾ ਚੈੱਕ ਕਰ ਲਓ ਪਹਿਲੀ ਗੱਲ ਤਾਂ ਸਟਾਰਟ ਦਾ ਕੋਈ ਲਿੰਕ ਨਹੀਂ ਹਵਾ ਨਾਲ ਦੂਜੀ ਗੱਲ ਤੇ ਕਰਦੀ ਹੋਈ ਤੂੰ ਮੂੰਹ ਨਾ ਭਰ ਦੇਗਾ ਪੰਪ ਤਾਂ ਆਪਣੇ ਕੋਲ ਹੈ ਨਹੀਂ ਚੁੱਪ ਕਰਕੇ ਖੜ ਜਾ ਓਏ ਉਹ ਤਾਂ ਕਰਨਾ ਹੀ ਪੈਣਾ ਪੈਟਰੋਲ ਹੈ ਨਹੀਂ ਗਾ ਯਾਰ ਚਲਾਵੇਂ ਮੇਰੀ ਗੱਲ ਸੁਣ ਆਪਾਂ ਚੁੱਪ ਚੁੱਪੀ ਤੇ ਇਹਨੂੰ ਪੈਸੇ ਕਢਾਉਂਦੇ ਇਹਨੇ ਕੋਲ ਬਹੁਤ ਪੈਸੇ ਹੋਣੇ ਆ ਇਹਨੂੰ ਪੰਪ ਮਾਰ ਪੈਸੇ ਕਢਾ ਤੇ ਨਿਕਲੀ ਇੱਥੋਂ ਭਾਅ ਜੀ ਕਿਆ ਖੂਬ ਬੋਡੀ ਤੁਹਾਡੀ ਭਾਅ ਜੀ ਜਿੰਮ ਲੱਗੇ ਆ ਭਾਅ ਜੀ ਮੈਂ ਤੁਹਾਡੀ ਬੋਡੀ ਦੇਖ ਕੇ ਪਛਾਣ ਹੀ ਲਿਆ ਸੀ ਯਾਰ ਸਹੀ ਗੱਲ ਆ ਸਵਾਦ ਹੀ ਮਾਡਲਾਂ ਦੀ ਪਛਾਣ ਹੀ ਦੂਰੋਂ ਹੁੰਦੀ ਆ ਭਾਅ ਜੀ ਤੇਲ ਮੁੱਕ ਗਿਆ ਤੁਹਾਡੇ ਪੈਸੇ ਚਾਹੀਦੇ ਸੀ ਪੈਸੇ ਹਾਂਜੀ ਪੈਸੇ ਤਾਂ ਬਹੁਤ ਨੇ ਪਰ ਡੈਡੀ ਕੋਲ ਲੈ ਕੇ ਕਦੋਂ ਆਇਆ ਨਾਲ ਭਰਾਵਾ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰ ਲੈਣੂ ਲਿਆ ਆਪਾਂ ਚੰਗਾ ਮੈਂ ਸਿੱਧ ਜੁੱਤੀਆਂ ਮਾਰਿਆ ਮੈਨੂੰ ਨਾਲ ਕਦੋਂ ਲੈ ਕੇ ਆਇਆ ਦਿਮਾਗ ਖਰਾਬ ਕੀਤਾ ਪਿਆ ਮੇਰਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਮੇਕਅਪ ਦਾ ਕਮਾਲ ਆ ਰੱਬ ਦਾ ਵਿੱਚ ਐਵੇਂ ਆਇਆ ਉਹ ਫੜ ਲਾ ਕਿੱਟ ਫੜ ਲਾ ਨਹੀਂ ਤਾਂ ਇਹਨੂੰ ਫੜਨਾ ਪੈਣਾ ਉਦੋਂ ਬਾਅਦ ਲਾਸਟ ਟਾਈਮ ਲਾ ਪੁਆਇੰਟ ਤੋਂ ਨਹੀਂ ਹੋਣਾ ਕੁਛ ਕੋ ਕਰਨਾ ਪੈਣਾ ਆਪਾਂ ਨੂੰ ਯਾਰ ਇਹਦਾ ਫਾਰਮੂਲਾ ਓਏ ਓਏ ਯਾਰ ਚਲ
हर्ष। हाँ इंदर सिंह। हाँ तू मेरा भरा। तू भी मेरा भरा है यार। तेरे यार के यार बहुत घट मिलते ने यार। और यार तू मेनू कम दस यार की है। मैं करूंगा, मेनू मरना पै जाए मैं मरूंगा, पर मैं यार इहदी मिसाल देना चाहुंदा इस दुनिया दे उत्ते यार। अजकल कित्थे ही मिलते ने इहो जे यार। ओ मैं यार नहीं, मेरा बचपन तो सुपना सी कि मैं यारी दी मिसाल दवा। अच्छा यार चल फिर गड्डी थले आ जा। ओ मेनू जान प्यारी यार। ए टट्टू दी यारी है। ओ मेरा मतलब ए टट्टू दी यारी है यार, तू थले नहीं आ सकदा गड्डी दे। ओ सच्ची थोड़ी आना है इंदर, दस इनू माड़ा जा यार। ओ सामने गड्डी दीदी है। हां जी जदों ओ गड्डी तुरूगी असीं तैनू कुकड़ुकड़ो दी बाहर कढ़ांगे, ठीक है? तां ओ गड्डी दे थले आ के तू मरन दी एक्टिंग करनी। तेनू नहीं मैं नहीं कर सकता। ਅਸੀਂ ਕਰ ਲੈਣੀ ਗੱਲ, ਪਤਾ ਕੀ ਆ ਮੇਰੀ ਬਾਹ ਦਾ ਗੋਡਾ ਬਹੁਤ ਦੁਖਦਾ ਯਾਰ। ਮੇਰੀ ਤਾਂ ਆਪ ਯਾਰ ਪੈਰ ਦੀ ਕੁਣੀ ਦੁਖਦੀ। ਹੋਰ ਆਪਰੇਸ਼ਨ ਹੋਇਆ ਵਿਚਾਰੇ ਦਾ, ਪਲੀਜ਼ ਬਾਈ ਕਰ ਲੈ ਯਾਰ, ਤੈਨੂੰ ਪੈਸੇ ਮਿਲ, ਤੈਨੂੰ ਪੈਸੇ ਦੇ ਦਾਂਗੇ, ਪੈਸੇ ਤੁਹਾਡੇ ਕੋਲ ਦੇ ਦਾਂਗੇ ਯਾਰ। ਕਿੱਧਰ ਗਿਆ? ਉੱਠ ਖੜ, ਤੈਨੂੰ ਬਾਲੀਆਂ ਕਾਲੀਆਂ ਪਈਆਂ ਆਪਰੇ ਮਰਨ ਦੀ। ਉੱਠ ਯਾਰ, ਡਿੱਗ ਤੈਨੂੰ ਕਾਲੀਆਂ ਮਰਨ ਦੀ। ਸਾਲੇ ਨੂੰ ਚਾਦਰ ਨਾਲ ਮਰਨਾ ਵੀ ਨਹੀਂ ਆਉਂਦਾ। ਚੱਲ ਯਾਰ ਚੱਲੀਏ ਤੂੰ ਚੱਲ। ਸਾਲੇ ਨੂੰ ਚਾਦਰ ਨਾਲ ਮਰਨਾ ਵੀ ਨਹੀਂ ਆਉਂਦਾ। ਨਾ ਮੈਂ ਮਰਨ ਦਾ ਕੋਰਸ ਕੀਤਾ ਵਾ। ਤੇਰੀ ਗਲਤੀ ਆ। ਮੇਰੀ ਕੀ ਗਲਤੀ ਆ ਯਾਰ? ਇਹਦੇ ਹੱਥ ਲਾਉਣ ਨਾਲ ਮੋਟਰ ਨਾਲ ਖਰਾਬ ਹੋ ਗਿਆ, ਤੇਲ ਮੁੱਕ ਗਿਆ, ਇਹ ਚ ਮੇਰੀ ਕੀ ਗਲਤੀ ਆ? ਛੱਡ ਯਾਰ ਇਹਦੇ ਕੀ ਮੂੰਹ ਲੱਗਣੇ, ਤੁਹਾਨੂੰ ਇਹ ਵੀ ਨਹੀਂ ਪਤਾ ਮੋਟਰ ਨਾ ਸਟਾਰਟ ਹੁੰਦਾ ਹੈ ਵਾਲਾ ਕੋਈ ਲਿੰਕ ਹੀ ਨਹੀਂ ਹੁੰਦਾ। ਹੋਰ ਯਾਰ ਛੱਡੋ ਯਾਰ, ਭੁੱਖ ਬਹੁਤ ਲੱਗੀ ਹੋ ਯਾਰ। ਪੈਸੇ ਮੇਰੇ ਮਗਰ ਮਗਰ ਆਏ। ਕਰੂਗਾ ਕੁਛ? ਹੁਣ ਤਾਂ ਨਹੀਂ ਲੱਗਦਾ, ਜੁੱਤੀਆਂ ਖਵਾਊਗਾ ਹਾਲਾ। ਚੱਲ ਫਿਰ ਖਾ ਲੈਂਦੇ ਹਾਂ। ਇੱਥੇ ਭੈੜੀ ਜੀ ਬੂਠੀ ਲੈ ਕੇ ਬੈਠਾ ਰਹੇ ਨਾ ਗਾਹਕ, ਤੇਰੇ ਕੋਲ ਕੋਈ ਆਉਂਦਾ ਨਹੀਂ, ਆਟੇ 'ਚੋਂ ਤੇਰੇ ਸੂੰਡੀਆਂ ਨਿਕਲਦੀਆਂ ਹੈਂ। ਕੱਲ ਹੀ ਲਾਂਭਾ ਦੇ ਕੇ ਗਈ ਆ ਇੱਕ ਬੁੜੀ, ਤੈਨੂੰ ਸ਼ਰਮ ਸ਼ਰਮ ਨਹੀਂ ਆਉਂਦੀ? ਤੂੰ ਭਰਾਵਾ ਛੱਡ ਲਾ ਕੇ ਘਰੇ ਬਹਿ ਜਾ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ। ਉਹ ਤੇਰਾ ਬੋਝੇ ਜੀ ਨਾਲ ਰਿਲੇਸ਼ਨ ਚੱਲਦਾ, ਮੈਨੂੰ ਤੇਰੇ ਪਿਓ ਨੇ ਬੁਲਾਉਣੀ ਹੈ। ਜਗ੍ਹਾ ਦੇਖੀ ਦੇਖਣੀ ਲੱਗਦੀ, ਜਗ੍ਹਾ ਆਪਣੀ ਹੋਈ ਹੈ। ਕੀ ਮਤਲਬ? ਯਾਰ ਦੇਖ ਜਗ੍ਹਾ ਰੱਬ ਦੀ ਹੈ, ਰੱਬ ਵੀ ਤਾਂ ਆਪਣਾ ਹੀ ਹੈ ਨਾ, ਤੇ ਉਸ ਹਿਸਾਬ ਨਾਲ ਯਾਰ। ਕਿੰਨਾ ਕੁ ਟਾਈਮ ਲਾਊ ਇਹ? ਸਰਦਾਰ ਜੀ ਕਰੋ ਫਿਰ ਕੋਈ ਹੱਲ, ਅੱਜ ਭੁੱਖ ਬੜੀ ਲੱਗੀ ਉਹ, ਮੈਂ ਸਕੂਲ ਤੋਂ ਬਾਹਰ ਸੀਗਾ ਅੱਜ। ਕਿੰਨੇ ਜਾਣੇ ਹੋ ਤੁਸੀਂ? ਮੇਰੇ ਨਾਲ ਦੋ ਜਾਣੇ ਹੋਰ ਆਈ। ਤੇ ਜਾ ਉਹਨਾਂ ਨੂੰ ਜਾ ਕੇ ਬੁਲਾ ਲੈ ਇੱਥੇ, ਅੰਬਲੈਨ ਨੂੰ ਖੜਾ ਜਾ। ਉਹ ਆ ਜਾਓ ਅੰਕਲ, ਤੁਹਾਨੂੰ ਬੁਲਾ ਰਹੇ ਆ ਕੁਛ ਖਾਣ ਨੂੰ ਦੇਣਗੇ। ਬਾਪੂ ਉਹ ਤਾਂ ਕਹਿੰਦਾ ਸੀ ਖਵਾਵਾਂਗੇ, ਖਵਾ ਤਾਂ ਦਿੱਤੇ। ਕੀ ਛਿੱਤਰ, ਇਹ ਸ਼ਕਲ ਕਾਹਤੋਂ ਨਹੀਂ ਦਿਖਾ ਰਹੇ ਇਹਨਾਂ ਨੇ, ਭਰਵੱਟੇ ਮਨਵਾਏ ਨੇ। ਦਿਖਾਈਆਂ ਦਿਖਾਈ ਨਾ, ਮੂੰਹ ਨਾ ਦਿਖਾਈ, ਘੁੰਮੀ ਨਾ ਬਾਈ ਬਣ ਕੇ, ਨਹੀਂ ਆਪਾਂ ਨੂੰ ਘੁੰਮ ਮੁੜ ਕੇ ਨਹੀਂ ਲਵਾ ਦੇਣੀਆਂ ਇਹਨੇ। ਓਏ ਬੂਠੇ ਤਾਂ ਦਿਖਾ ਦਿਓ। ਓਏ ਤਾਂ ਮੇਰੀਆਂ ਮਾੜੀਆਂ ਜਨਸਾਂ ਨੇ, ਉਹ ਤੁਸੀਂ ਸਕੂਲ ਨਹੀਂ ਗਏ? ਓਏ ਮੈਨੂੰ ਕੈਂਚੀ ਫੜਾ, ਮੈਂ ਇਹਨਾਂ ਦਾ ਨੱਕ ਫੜ ਕੇ ਕੈਂਚੀ ਮਾਰਨੀ ਆ। ਛੱਡੋ ਬਾਪੂ ਜੀ, ਲੜਾਈ 'ਚ ਕੀ ਰੱਖਿਆ, ਖਰਚਾ ਵੀ ਤੇਰਾ ਹੀ ਹੋਣਾ। ਇੰਦਰ ਸਿੰਘ ਭੱਜ।